ਮੈਨੂੰ ਇੱਕ ਡਾਕਟਰ ਸਾਹਿਬ ਮਿਲੇ ਨੇ ਜਿਨ੍ਹਾਂ ਨੇ ਪੇਟੀ ਭਰੀ ਹੋਈ ਹੈ ਦਵਾਈਆਂ ਦੀ। ਗੌਰਮੈਂਟ ਵੱਲੋਂ ਆਏ ਤੁਸੀਂ? ਨਹੀਂ ਜੀ, ਆਪਣੇ ਵੱਲੋਂ ਆਏ। ਆਪਣੇ ਵੱਲੋਂ? ਪਿੰਡ ਡਾਲਾ ਪ੍ਰਸ਼ਾਸਨ ਨਾਲ ਤਾਂ ਕਹਿੰਦੇ ਅਸੀਂ ਡਾਕਟਰ ਭੇਜੇ ਹੋਏ ਜੀ, ਸਾਨੂੰ ਤਾਂ ਕੋਈ ਮਿਲਿਆ ਨਹੀਂ ਗਿਆ ਜੀ ਇੱਥੇ। ਮਤਲਬ ਡੀਹਾਈਡਰੇਸ਼ਨ ਹੋ ਰਹੀ ਹੈ ਪੇਸ਼ੈਂਟ ਨੂੰ, ਪਾਣੀ ਦੀ ਕਮੀ ਹੋ ਰਹੀ ਹੈ, ਕਈਆਂ ਨੂੰ ਥਕਾਵਟ ਹੋ ਰਹੀ ਹੈ, ਸ਼ੂਗਰ ਵੀ ਅਸੀਂ ਮਤਲਬ ਕਾਫੀ ਪੇਸ਼ੈਂਟ ਦਾ ਚੈੱਕ ਕੀਤਾ ਵਾ। ਅੱਛਾ ਜੀ, ਮਤਲਬ ਕਿੱਟ ਲੈ ਕੇ ਆਉਂਦੇ ਸੀ ਸ਼ੂਗਰ। ਤੇ ਤੁਸੀਂ ਕੀ ਕੀਤਾ ਹੋਇਆ? ਆਰਐਮਪੀ ਹੈ ਜੀ, ਲੈਬ ਟੈਕਨੀਸ਼ੀਅਨ ਵੀ ਆ ਨਾਲ। ਅੱਛਾ ਅੱਛਾ, ਹਾਂਜੀ। ਮੈਂ ਕਿਹਾ ਕਿਤੇ ਕੱਲ੍ਹ ਨੂੰ ਤੁਹਾਡੇ ਦੇ ਪਰਚਾ ਹੀ ਨਾ ਦੇ ਦੇਣ ਵੀ ਤੁਸੀਂ ਦਵਾਈਆਂ ਦੇ ਜਾਂਦੇ ਹੋ, ਇਹ ਤਾਂ ਜੀ ਸਾਡੇ ਡਾਕਟਰਾਂ ਦਾ ਕੰਮ ਸੀ। ਉਹ ਹੀ ਦੇਖਿਆ ਜਾਊਗਾ ਫਿਰ, ਪਾ ਦੇਣ ਤੇ ਪਾ ਦੇਣ ਫਿਰ ਕੀ। ਇਹ ਤਾਂ ਵਿਚਾਰੇ ਜਾ ਵੀ ਨਹੀਂ ਸਕਦੇ ਹੁਣ ਰਾਤ ਨੂੰ। ਤਹਿਸੀਲਦਾਰ ਨਾਲ ਮੈਂ ਗੱਲ ਕੀਤੀ ਸੀ ਇੱਥੇ ਆਏ ਹੋਏ ਪਿੰਡ ਦੇ ਵਿੱਚ, ਮੈਂ ਕਿਹਾ ਜੀ ਵੀ ਕਿੰਨੇ ਡਾਕਟਰ, ਕਹਿੰਦੇ ਸਾਡੀਆਂ 5 ਬੋਟ ਲੱਗੀਆਂ ਹੋਈਆਂ ਕਿਸ਼ਤੀਆਂ, ਹਰੇਕ ਕਿਸ਼ਤੀ ਦੇ ਵਿੱਚ ਇੱਕ ਡਾਕਟਰ ਹੈ ਕਹਿੰਦੇ। ਰਦੂਲਗੜ੍ਹ ਖੜੀਆਂ ਐਂਬੂਲੈਂਸਾਂ ਬਸ ਉੱਥੋਂ ਮੁੜ ਜਾਂਦੇ। ਅੱਛਾ, ਐਂਬੂਲੈਂਸ ਮੈਂ ਦੇਖੀ ਸੀ ਸਰਕਾਰੀ ਖੜੀ, ਉੱਥੋਂ ਹੀ ਮੁੜ ਗਏ। ਪਾਣੀ ਗੰਦਾ ਜਿਵੇਂ ਜਿਵੇਂ ਹੋਊਗਾ ਉਵੇਂ ਉਵੇਂ ਬਿਮਾਰੀ ਫੈਲੂ, ਐਲਰਜੀ ਦੀ ਤਾਂ ਫੈਲੂ ਫੈਲੂ। ਤਾਂ ਦੇਖੋ ਬਾਈ, ਸਰਕਾਰਾਂ ਦੇ ਧਿਆਨ ਦੇ ਵਿੱਚ ਅਸੀਂ ਕਿੰਨੀਆਂ ਚੀਜ਼ਾਂ ਲੈ ਕੇ ਆਉਂਦੀਆਂ ਨੇ ਪਰ ਕੋਈ ਜੂ ਨਹੀਂ ਸਰਕ ਰਹੀ। ਸਿਰਫ ਫੇਸਬੁੱਕ ਦੇ ਉੱਤੇ ਪੋਸਟਾਂ ਪਾਈਆਂ ਜਾਂਦੀਆਂ, ਅਸੀਂ ਜੀ ਪਲ ਪਲ ਦੀ ਖਬਰ ਲੈ ਰਹੇ ਹਾਂ, ਅਸੀਂ ਉਹ ਕਰ ਰਹੇ ਹਾਂ, ਪਰ ਨਾਲ ਹੇਠਾਂ ਲਿਖਦੇ ਕਰੋ ਵੀ ਅਸੀਂ ਅਸੀਂ ਜੀ ਡੱਕਾ ਨਹੀਂ ਤੋੜ ਰਹੇ। ਹੜ੍ਹਾਂ ਨੇ ਹਾਲਾਤ ਨਾਜ਼ੁਕ ਕੀਤੇ ਹੋਏ ਨੇ, ਪਸ਼ੂਆਂ ਨੂੰ ਚਾਰੇ ਦੀ ਸਮੱਸਿਆ ਹੋ ਰਹੀ ਹੈ ਅਤੇ ਮਨੁੱਖਾਂ ਨੂੰ ਪਾਣੀ ਦੀ। ਫੂਸ ਮੰਡੀ, ਸਾਧੂ ਵਾਲਾ, ਸਰਦੂਲਗੜ੍ਹ, ਤਾਂ ਇਹਨਾਂ ਦੇ ਵਿੱਚ ਪਾਣੀ ਦੀ ਜ਼ਿਆਦਾ ਮਾਰ ਹੈ ਇਹਨਾਂ ਇਲਾਕਿਆਂ ਦੇ ਵਿੱਚ, ਇਹਨਾਂ ਪਿੰਡਾਂ ਦੇ ਵਿੱਚ। ਤਾਂ ਬਹੁਤ ਸਾਰੇ ਲੋਕ ਆਪਣੇ ਪੱਧਰ ਦੇ ਉੱਤੇ ਇੱਥੇ ਆ ਰਹੇ ਨੇ, ਪਰ ਵੋਟਾਂ ਨਾ ਹੋਣ ਕਰਕੇ, ਕਿਸ਼ਤੀਆਂ ਨਾ ਹੋਣ ਕਰਕੇ ਉਹ ਫਿਰ ਸਮਾਨ ਦੇ ਜਾਂਦੇ ਨੇ ਅਤੇ ਫਿਰ ਇਹ ਕਿਸ਼ਤੀਆਂ ਰਾਹੀਂ ਸਮਾਨ ਅੱਗੇ ਪਹੁੰਚਾਇਆ ਜਾਂਦਾ। ਪਰ ਸਾਨੂੰ ਇੱਕ ਡਾਕਟਰ ਸਾਹਿਬ ਮਿਲੇ ਨੇ ਜਿਨ੍ਹਾਂ ਨੇ ਪੇਟੀ ਭਰੀ ਹੋਈ ਹੈ ਦਵਾਈਆਂ ਦੀ, ਅਤੇ ਆਪਾਂ ਪੁੱਛਦੇ ਹਾਂ ਕਿ ਕੀ ਇਹ ਕਿਹੜੀਆਂ ਦਵਾਈਆਂ ਨੇ ਅਤੇ ਕੀ ਇਹਨਾਂ ਦੇ ਕੋਲ ਹੈਗਾ ਹੈ ਔਰ ਕਿਸ ਤਰ੍ਹਾਂ ਦੇ ਪੇਸ਼ੈਂਟ ਇਹਨਾਂ ਨੂੰ ਮਿਲ ਰਹੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਸਰ ਤੁਹਾਡਾ? ਗੁਰਪ੍ਰੀਤ ਸਿੰਘ। ਗੁਰਪ੍ਰੀਤ ਸਿੰਘ, ਹਾਂਜੀ। ਇਹ ਗੌਰਮੈਂਟ ਵੱਲੋਂ ਆਏ ਹੋ ਤੁਸੀਂ? ਨਹੀਂ ਜੀ, ਆਪਣੇ ਵੱਲੋਂ ਆਏ। ਆਪਣੇ ਵੱਲੋਂ? ਪਿੰਡ ਡਾਲਾ ਮੋਗਾ। ਪ੍ਰਸ਼ਾਸਨ ਨਾਲ ਤਾਂ ਕਹਿੰਦੇ ਅਸੀਂ ਡਾਕਟਰ ਭੇਜੇ ਹੋਏ ਜੀ, ਸਾਨੂੰ ਤਾਂ ਕੋਈ ਮਿਲਿਆ ਨਹੀਂ ਗਿਆ ਜੀ ਇੱਥੇ। ਅੱਛਾ, ਨਹੀਂ ਮਿਲਿਆ, ਸੁਬਹ ਦੇ ਆਏ ਹਾਂ, ਕੋਈ ਨਹੀਂ ਮਿਲਿਆ। ਅੱਛਾ, ਤੁਸੀਂ ਕੀ ਸੇਵਾ ਕਰ ਰਹੇ ਹੋ ਜੀ ਫਿਰ? ਅਸੀਂ ਟੋਟਲੀ ਮੈਡੀਸਨ ਲੈ ਕੇ ਆਏ ਸੀ, ਐਂਟੀ ਐਲਰਜਿਕ, ਖਾਰਸ਼ ਵਾਲੀਆਂ ਟਿਊਬਾਂ, ਆਈ ਡਰੋਪ ਦੀ ਲੋੜ ਸੀਗੀ ਇੱਥੇ। ਮਤਲਬ ਡੀਹਾਈਡਰੇਸ਼ਨ ਹੋ ਰਹੀ ਹੈ ਪੇਸ਼ੈਂਟ ਨੂੰ, ਪਾਣੀ ਦੀ ਕਮੀ ਹੋ ਰਹੀ ਹੈ, ਕਈਆਂ ਨੂੰ ਥਕਾਵਟ ਹੋ ਰਹੀ ਹੈ। ਅੱਛਾ, ਸ਼ੂਗਰ ਵੀ ਅਸੀਂ ਮਤਲਬ ਕਾਫੀ ਪੇਸ਼ੈਂਟ ਦਾ ਚੈੱਕ ਕੀਤਾ ਵਾ। ਅੱਛਾ ਜੀ, ਮਤਲਬ ਕਿੱਟ ਲੈ ਕੇ ਆਉਂਦੀ ਸੀ ਸ਼ੂਗਰ ਵੀ ਅਸੀਂ ਨਾਲ। ਅੱਛਾ, ਸ਼ੂਗਰ ਦੀ ਕਿੱਟ ਵੀ ਨਾਲ ਲੈ ਕੇ ਆਏ ਹੋ? ਮੈਡੀਸਨ ਵੀ ਦੇ ਕੇ ਆਏ ਹਾਂ। ਕਿੰਨੇ ਪਿੰਡਾਂ ਦੇ ਵਿੱਚ ਜਾ ਕੇ ਆਏ ਹੋ ਜੀ? ਅਸੀਂ ਦੋ 'ਚ ਜਾ ਆਏ ਹਾਂ ਜੀ, ਬਾਕੀ ਸਾਨੂੰ ਹੁਣ ਜਾਣ ਦਾ ਟਾਈਮ ਨਹੀਂ ਮਿਲਿਆ ਅੱਗੇ ਨਾ। ਅੱਛਾ, ਇੱਕ ਆਹ ਪਿੰਡ ਹੀ, ਮਤਲਬ ਸਾਰੇ ਪਿੰਡ ਤਕਰੀਬਨ ਘਰ ਘਰ ਹੀ ਗਏ ਹਾਂ। ਇਹ ਤੁਸੀਂ ਪੱਕਾ ਪਤਾ ਉਹਨਾਂ ਤੋਂ ਵੀ ਕਰ ਲੈਣਾ ਸੀ ਕਿਤੇ ਉਹਨਾਂ ਨੂੰ ਪਹਿਲਾਂ ਦਵਾਈ ਤਾਂ ਨਹੀਂ ਦਿੱਤੀ ਹੋਈ ਸੀ ਕਿਸੇ ਨੇ? ਮਤਲਬ ਆਮ ਆਰਐਮਪੀ ਡਾਕਟਰ ਜੀ ਕੋਈ ਪਿੰਡਾਂ ਦਾ ਇੱਕ ਅੱਧਾ ਆਇਆ, ਉਹ ਕਹਿੰਦੇ ਕੱਲ੍ਹ ਪਰਸੋਂ ਤਾਂ ਹੀ ਆਏਗਾ। ਅੱਛਾ, ਆਮ ਸੰਸਥਾ ਦਵਾਈਆਂ ਦੇ ਰਹੀਆਂ ਉਹਨਾਂ ਨੂੰ, ਜਿਵੇਂ ਉਹ ਤਾਂ ਪੈਸੇ ਪੱਤੇ ਫੜਾ ਕੇ ਮੁੜ ਜਾਂਦੇ ਉਹਨਾਂ ਨੂੰ। ਜਿਹੜੇ ਐਮਬੀਬੀਐਸ ਭਾਰਤੀ ਸਰਕਾਰਾਂ ਨੇ ਕੀਤੇ ਹੋਏ? ਕੋਈ ਵੀ ਨਹੀਂ ਦੇਖਿਆ ਇੱਥੇ। ਤੇ ਤੁਸੀਂ ਕੀ ਕੀਤਾ ਹੋਇਆ ਕੋਈ? ਮੈਂ ਆਰਐਮਪੀ ਹੈ ਜੀ, ਲੈਬ ਟੈਕਨੀਸ਼ੀਅਨ ਵੀ ਆ ਨਾਲ। ਅੱਛਾ ਅੱਛਾ, ਹਾਂਜੀ। ਮੈਂ ਕਿਹਾ ਕਿਤੇ ਕੱਲ੍ਹ ਨੂੰ ਤੁਹਾਡੇ ਦੇ ਪਰਚਾ ਹੀ ਨਾ ਦੇ ਦੇਣ ਵੀ ਤੁਸੀਂ ਦਵਾਈਆਂ ਦੇ ਜਾਂਦੇ ਹੋ, ਇਹ ਤਾਂ ਜੀ ਸਾਡੇ ਡਾਕਟਰਾਂ ਦਾ ਕੰਮ ਸੀ। ਜਿਵੇਂ ਪੁਲਿਸ ਕਈ ਪਰਚੇ ਪਾ ਦਿੰਦੀ ਵੀ ਕਾਨੂੰਨ ਚ ਹੱਥ ਹੈ, ਉਹ ਹੀ ਦੇਖਿਆ ਜਾਊਗਾ ਫਿਰ, ਪਾ ਦੇਣ ਤੇ ਪਾ ਦੇਣ ਫਿਰ ਰੱਖੀ। ਕਿਵੇਂ ਦੀਆਂ ਪ੍ਰੋਬਲਮ ਆ ਰਹੀਆਂ ਜੀ? ਜ਼ਿਆਦਾ ਖਾਰਸ਼ ਦੀ ਪ੍ਰੋਬਲਮ ਆ ਰਹੀ ਹੈ। ਅੱਛਾ, ਅੱਖਾਂ ਦੀ ਆ ਰਹੀ ਹੈ, ਜੁਆਇੰਟ ਪੇਨ ਤਾਂ ਆਮ ਹੀ ਚੱਲਦਾ ਜੀ, ਹੈ ਨਾ। ਅਤੇ ਸ਼ੂਗਰ ਦੇ ਪੇਸ਼ੈਂਟ ਸੀ ਕਾਫੀ ਜਿਹੜੇ ਨਹੀਂ ਜਾ ਸਕਦੇ ਸੀ, ਹੁਣ 4-5 ਦਿਨਾਂ ਤੋਂ ਨਹੀਂ ਟੈਸਟ ਹੋਇਆ ਉਹਨਾਂ ਦਾ, ਉਹਨਾਂ ਦੇ ਵੀ ਕਰਕੇ ਆਉਂਦਾ ਸ਼ੂਗਰ ਚੈੱਕ, ਅਤੇ ਨਾਲ ਮੈਡੀਸਨ ਵੀ ਦੇ ਕੇ ਆਏ ਹਾਂ। ਵੀ ਜਿਹੜੇ ਜ਼ਿਆਦਾਤਰ ਜਿਹੜੇ ਪੇਸ਼ੈਂਟ ਆ ਜੀ ਉਹ ਕਿਹੜੀ ਉਮਰ ਦੇ ਆ ਜੀ ਜੇ ਦੇਖਿਆ ਜਾਵੇ? ਟੋਟਲੀ ਹੈ ਜੀ, ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ, ਹੈ ਨਾ। ਇਹਨਾਂ ਕੋਲ ਕੋਈ ਦਵਾਈ ਨਹੀਂ ਪਹੁੰਚੀ ਹਜੇ ਨਾ। ਤਾਂ ਕੋਈ ਅਜਿਹੀ ਬਿਮਾਰੀ ਵੀ ਤੁਹਾਡੇ ਧਿਆਨ 'ਚ ਆਈ ਹੈ ਜਿਹਦੀ ਤੁਸੀਂ ਦਵਾਈ ਨਹੀਂ ਲੈ ਕੇ ਗਏ ਸੀ? ਇੱਕ ਗੇੜਾ ਹੋਰ ਮਾਰਨਾ ਪੈਣਾ? ਨਹੀਂ, ਮਾਰਾਂਗੇ ਜੀ ਗੇੜਾ ਅਸੀਂ। ਜ਼ਿਆਦਾ ਐਂਟੀਬਾਇਓਟਿਕ ਘੱਟ ਲੈ ਕੇ ਆਉਂਦੇ ਜੀ ਥੋੜ੍ਹੇ ਜਿਹੇ, ਹੈ ਨਾ। ਟਿਊਬਾਂ ਮਿਲਾਉਣ ਨੂੰ ਖਾਜ ਵਾਲੀਆਂ ਟਿਊਬਾਂ, ਮੱਛਰ ਵਾਲੀਆਂ, ਆਡੋਮਾਸ ਵਗੈਰਾ, ਟੋਟਲੀ ਉਹ ਤਾਂ ਇੱਕ ਪੇਟੀ ਵੰਡ ਕੇ ਆਉਂਦੀ ਆਡੋਮਾਸ। ਇਹ ਦਵਾਈਆਂ ਆਪਣੇ ਕੋਲੋਂ ਲਈਆਂ ਜੀ ਤੁਸੀਂ ਜਾਂ ਤੋਂ ਸੇਵਾ ਕੀਤੀ? ਕੁਛ ਕੁ ਫਰੈਂਡ ਸਰਕਲ ਨੇ ਇਕੱਠੇ ਕੀਤੇ ਪੈਸੇ, ਕੁਛ ਬਾਹਰਲੇ NRI ਭਰਾਵਾਂ ਨੇ ਭੇਜਦੇ ਸੀਗੇ। ਅੱਛਾ, ਹਾਂਜੀ। ਅਤੇ ਤੁਸੀਂ ਸੇਵਾ ਦੇ ਰਹੇ ਹੋ ਫਿਰ? BP ਵਗੈਰਾ ਚੈੱਕ ਕਰਨ ਦੀ ਮਸ਼ੀਨ? ਹਾਂਜੀ, ਸਾਰਾ ਕੁਛ ਲੈ ਕੇ ਆਉਂਦਾ ਸੀਗਾ। ਅੱਛਾ ਜੀ, ਹਾਂ, ਸ਼ੂਗਰ ਦੀ, BP ਦੀ, ਟੈਂਪਰੇਚਰ, ਸਾਰਾ ਕੁਛ ਲੈ ਕੇ। ਅਤੇ ਬਿਲਕੁਲ ਡਾਕਟਰ ਗੁਰਪ੍ਰੀਤ ਸਿੰਘ ਜੀ ਨੇ ਜਿਹੜੇ ਸਾਰਾ ਕੁਝ ਦਵਾਈਆਂ ਅਤੇ ਅੱਛਾ ਓਡੋਮੋਸ ਵੀ ਹੈਗੀ ਹੈ ਜੀ। ਅਤੇ ਇਹ ਜੀ
ਇਹ ਤਾਂ ਕੋਮਨ ਹੈ ਜੀ, ਕੋਮਨ ਦੀ ਟੈਬਲੇਟ ਆ, ਖਾਸ ਤੋਂ ਵੀ ਕੰਮ ਆ ਜਾਂਦੀ ਆ। ਓਕੇ, ਤਾਕਤ ਦੇ ਕੈਪਸੂਲ ਆ, ਜਿਵੇਂ ਡਾਇਰੀਏ ਦਾ ਉਹ ORS ਬਹੁਤ ਵੰਡ ਕੇ ਆਉਂਦਾ ਗਾ, ਮਤਲਬ ਪਾਣੀ 'ਚ ਪਾ ਕੇ ਪੀਣ ਨੂੰ। ਤਾਂ ਤੁਸੀਂ ਮਹਿਸੂਸ ਕੀ ਕੀਤਾ ਵੀ ਇੱਥੇ ਸਰਕਾਰ ਨੂੰ ਆਪਣੇ ਡਾਕਟਰ ਭੇਜਣੇ ਚਾਹੀਦੇ ਆ ਜੀ? ਹਰ ਇੱਕ ਪਿੰਡ 'ਚ ਚਾਹੀਦਾ ਜੀ, 24 ਘੰਟੇ ਚਾਹੀਦਾ ਸੀ, ਇੱਕ ਇੱਕ ਬੰਦਾ ਦਾ ਨਾ ਕੋਈ ਵੀ ਨਹੀਂ ਕਹਿੰਦਾ, ਇਹ ਤਾਂ ਵਿਚਾਰੇ ਜਾ ਵੀ ਨਹੀਂ ਸਕਦੇ ਹੁਣ ਰਾਤ ਨੂੰ। ਤਹਿਸੀਲਦਾਰ ਨਾਲ ਮੈਂ ਗੱਲ ਕੀਤੀ ਸੀ ਇੱਥੇ ਆਏ ਹੋਏ ਪਿੰਡ ਦੇ ਵਿੱਚ, ਮੈਂ ਕਿਹਾ ਜੀ ਵੀ ਕਿੰਨੇ ਡਾਕਟਰ, ਕਹਿੰਦੇ ਸਾਡੀਆਂ 5 ਬੋਟ ਲੱਗੀਆਂ ਹੋਈਆਂ ਕਿਸ਼ਤੀਆਂ, ਹਰੇਕ ਕਿਸ਼ਤੀ ਦੇ ਵਿੱਚ ਇੱਕ ਡਾਕਟਰ ਹੈ। ਕਹਿੰਦੇ ਰਦੂਲਗੜ੍ਹ ਖੜੀਆਂ ਐਂਬੂਲੈਂਸਾਂ ਬਸ ਉੱਥੋਂ ਮੁੜ ਜਾਂਦੇ ਜੀ। ਅੱਛਾ, ਐਂਬੂਲੈਂਸ ਮੈਂ ਦੇਖੀ ਸੀ ਸਰਕਾਰੀ ਖੜੀ ਉੱਥੇ, ਉੱਥੋਂ ਹੀ ਮੁੜ ਗਏ ਉਹ। ਤਾਂ ਅਸੀਂ ਵੀ ਇੱਕ ਜਾ ਕੇ ਆਏ ਸੀ ਬਜ਼ੁਰਗਾਂ ਕੋਲ, ਉਹ ਕਹਿੰਦੇ ਜੀ ਸਾਨੂੰ ਡਾਕਟਰ ਦਵਾਈ ਦੇ ਗਿਆ। ਮੈਂ ਕਿਹਾ ਜੀ ਪ੍ਰਸ਼ਾਸਨ ਵੱਲੋਂ ਆਏ ਸੀ? ਕਹਿੰਦੇ ਹਾਂ। ਫਿਰ ਉਹ ਤੁਸੀਂ ਸੀ? ਨਹੀਂ, ਅਸੀਂ ਸੀਗੇ ਜੀ, ਆਹ ਸਾਰਾ ਟੋਟਲ ਆ ਸਾਰੇ। ਹਾਂ, ਇਸੇ ਪਿੰਡ ਦੇ ਜੀ। ਹਾਂਜੀ, ਸਾਰੀ ਫਰਨੀ ਟੋਟਲ ਸਰਪੰਚ ਉੱਥੇ ਆ, ਨਛੱਤਰ ਸਿੰਘ ਦੇ ਘਰ ਦੇ ਕੋਲ ਜੀ ਸਾਹਮਣੇ। ਹਾਂ ਹਾਂਜੀ ਹਾਂਜੀ, ਸਾਹਮਣੇ ਇਹਨਾਂ ਕੋਲ 2 ਘੰਟੇ ਬੈਠੇ ਰਹੇ ਅਸੀਂ ਇਹਨਾਂ ਕੋਲ। ਅੱਛਾ, ਹਾਂ, ਚਾਹ ਪਾਣੀ ਇਹਨਾਂ ਨੇ ਪਿਲਾਇਆ ਸਾਨੂੰ। ਤਾਂ ਦੇਖੋ ਬਾਈ, ਸਰਕਾਰਾਂ ਦੇ ਧਿਆਨ ਦੇ ਵਿੱਚ ਅਸੀਂ ਕਿੰਨੀਆਂ ਚੀਜ਼ਾਂ ਲੈ ਕੇ ਆਉਂਦੀਆਂ ਨੇ, ਪਰ ਕੋਈ ਜੂ ਨਹੀਂ ਸਰਕਾਰੀ। ਸਿਰਫ ਫੇਸਬੁੱਕ ਦੇ ਉੱਤੇ ਪੋਸਟਾਂ ਪਾਈਆਂ ਜਾਂਦੀਆਂ, ਅਸੀਂ ਜੀ ਪਲ ਦੀ ਖਬਰ ਲੈ ਰਹੇ ਹਾਂ, ਅਸੀਂ ਉਹ ਕਰ ਰਹੇ ਹਾਂ, ਪਰ ਨਾਲ ਹੇਠਾਂ ਲਿਖਦੇ ਕਰੋ ਵੀ ਅਸੀਂ ਜੀ ਡੱਕਾ ਨਹੀਂ ਤੋੜ ਰਹੇ। ਖਬਰਾਂ ਲੈਣ ਨਾਲ ਕੀ ਹੋ ਜਾਣਾ ਯਾਰ, ਜਾਣਕਾਰੀ ਤਾਂ ਸਾਰੇ ਹੀ ਲੈ ਰਹੇ ਆ, ਸਾਰੇ ਫੋਟੋ ਖਿੱਚ ਖਿੱਚ ਮੁੜੀ ਜਾਂਦੇ ਜੀ। ਸੋ ਬਿਲਕੁਲ ਇੱਥੇ ਸਮੱਸਿਆ ਹੈਗੀ ਆ ਬਾਈ ਜੀ, ਇੱਥੇ ਬਹੁਤ ਛੂਤ ਦੀਆਂ ਬਿਮਾਰੀਆਂ ਤੱਕ ਨੌਬਤ ਆਉਣ ਵਾਲੀ ਹੈ, ਇਸ ਕਰਕੇ ਸਾਂਭ ਲਓ। ਇਹ ਤੋਂ ਬਾਅਦ ਬਾਅਦ ਆਊਗੀ ਜੀ, ਪਾਣੀ ਗੰਦਾ ਜਿਵੇਂ ਜਿਵੇਂ ਹੋਊਗਾ ਉਵੇਂ ਉਵੇਂ ਬਿਮਾਰੀ ਫੈਲੂਗੀ, ਐਲਰਜੀ ਦੀ ਤਾਂ ਫੈਲੂਗੀ। ਤਾਂ ਅਸੀਂ ਜ਼ਰੂਰ ਕਹਿੰਦੇ ਹਾਂ ਪ੍ਰਸ਼ਾਸਨ ਨੂੰ ਵੀ ਖਾਣਾ ਪੂਰਤੀ ਨਾ ਕਰੋ, ਗੁਰਦੁਆਰਿਆਂ 'ਚ ਬੈਠ ਕੇ 9 ਮਿੰਟਾਂ ਕਰਕੇ ਕੁਝ ਨਹੀਂ ਹੋਣਾ, ਗੁਰਦੁਆਰਾ ਸਾਹਿਬ ਨਹੀਂ ਜਿਹੜਾ ਉੱਧਰ, ਇਹ ਲੋਕਾਂ ਦੇ ਘਰ ਤੱਕ ਜਾਣਾ ਪਊਗਾ ਬਾਈ ਜੀ। ਜੇ ਅਸੀਂ ਇੰਨੀ ਦੂਰ ਤੋਂ ਆ ਗਏ, ਹੁਣ ਬਹੁਤ ਕਹਿਣਗੇ ਵੀ ਇਹ ਤਾਂ ਕੰਮ ਆ ਜੀ ਤੁਹਾਡਾ, ਅਸੀਂ ਕਹਿੰਦੇ ਹਾਂ ਯਾਰ ਕੰਮ ਆ, ਅਸੀਂ ਕੰਮ ਕਰਕੇ ਆ ਗਏ ਆਪਣੇ ਕਰਕੇ, ਤੁਸੀਂ ਆਪਣੇ ਕੰਮ ਕਰਕੇ ਕਿਉਂ ਨਹੀਂ ਆ ਸਕਦੇ? ਤਾਂ ਆਇਆ ਜਾ ਸਕਦਾ, ਇਸ ਕਰਕੇ ਅਸੀਂ ਜ਼ਰੂਰ ਅਪੀਲ ਕਰਦੇ ਹਾਂ ਵੀ ਪ੍ਰਸ਼ਾਸਨ ਨੂੰ ਘਰ ਘਰ ਭੇਜਿਆ ਜਾਵੇ। ਅਸੀਂ ਨਹੀਂ ਤਾਂ ਫਿਰ ਜਿਸ ਤਰ੍ਹਾਂ ਚੱਲ ਰਿਹਾ ਚੱਲੀ ਜਾਣ ਦਿਓ, ਅਸੀਂ ਘਰ ਘਰ ਆਪ ਪੁੱਜਾਂਗੇ, ਅਤੇ ਜੋ ਲੋਕਾਂ ਦੇ ਵਿਊ ਹੋਣਗੇ, ਚਾਹੇ ਉਹ ਲਾਣ ਤਾਂ ਪਾਉਣ ਚਾਹੇ ਉਹ ਤਾਰੀਫ ਕਰਨ, ਉਹ ਦਿਖਾਵਾਂਗੇ। ਮਨਵਿੰਦਰ ਸਿੰਘ ਟਵਾਣਾ ਦੇ ਨਾਲ ਦਿਲਦੀਪ ਸਿੰਘ ਤਲੀ, ਪੰਜਾਬੀ ਲੋਕ ਚੈਨਲ। ਪਰ ਸਾਨੂੰ ਇੱਕ ਡਾਕਟਰ ਸਾਹਿਬ ਮਿਲੇ ਨੇ ਜਿਨ੍ਹਾਂ ਨੇ ਪੇਟੀ ਭਰੀ ਹੋਈ ਹੈ ਦਵਾਈਆਂ ਦੀ। ਗੌਰਮੈਂਟ ਵੱਲੋਂ ਆਏ ਤੁਸੀਂ? ਨਹੀਂ ਜੀ, ਆਪਣੇ ਵੱਲੋਂ ਆਏ। ਆਪਣੇ ਵੱਲੋਂ ਪਿੰਡ ਡਾਲਾ, ਪ੍ਰਸ਼ਾਸਨ ਨਾਲ ਤਾਂ ਕਹਿੰਦੇ ਅਸੀਂ ਡਾਕਟਰ ਭੇਜੇ ਹੋਏ ਜੀ, ਸਾਨੂੰ ਤਾਂ ਕੋਈ ਮਿਲਿਆ ਨਹੀਂ ਗਿਆ ਜੀ ਇੱਥੇ। ਮਤਲਬ ਡੀਹਾਈਡਰੇਸ਼ਨ ਹੋ ਰਹੀ ਹੈ ਪੇਸ਼ੈਂਟ ਨੂੰ, ਪਾਣੀ ਦੀ ਕਮੀ ਹੋ ਰਹੀ ਹੈ, ਕਈਆਂ ਨੂੰ ਥਕਾਵਟ ਹੋ ਰਹੀ ਹੈ, ਸ਼ੂਗਰ ਵੀ ਅਸੀਂ ਮਤਲਬ ਕਾਫੀ ਪੇਸ਼ੈਂਟ ਦਾ ਚੈੱਕ ਕੀਤਾ ਵਾ। ਅੱਛਾ ਜੀ, ਮਤਲਬ ਕਿੱਟ ਲੈ ਕੇ ਆਉਂਦੇ ਸੀ ਸ਼ੂਗਰ। ਅਤੇ ਤੁਸੀਂ ਕੀ ਕੀਤਾ ਹੋਇਆ? ਕੋਈ RMP ਹੈ ਜੀ, ਲੈਬ ਟੈਕਨੀਸ਼ੀਅਨ ਵੀ ਆ ਨਾਲ। ਅੱਛਾ ਅੱਛਾ, ਮੈਂ ਕਿਹਾ ਕਿਤੇ ਕੱਲ੍ਹ ਨੂੰ ਤੁਹਾਡੇ ਦੇ ਪਰਚਾ ਹੀ ਨਾ ਦੇ ਦੇਣ ਵੀ ਤੁਸੀਂ ਦਵਾਈਆਂ ਦੇ ਜਾਂਦੇ ਹੋ, ਇਹ ਤਾਂ ਜੀ ਸਾਡੇ ਡਾਕਟਰਾਂ ਦਾ ਕੰਮ ਸੀ। ਉਹ ਹੀ ਦੇਖਿਆ ਜਾਊਗਾ ਫਿਰ, ਪਾ ਦੇਣ ਅਤੇ ਪਾ ਦੇਣ ਫਿਰ ਇੱਕੀ। ਇਹ ਤਾਂ ਵਿਚਾਰੇ ਜਾ ਵੀ ਨਹੀਂ ਸਕਦੇ ਹੁਣ ਰਾਤ ਨੂੰ। ਤਹਿਸੀਲਦਾਰ ਨਾਲ ਮੈਂ ਗੱਲ ਕੀਤੀ ਸੀ ਇੱਥੇ ਆਏ ਹੋਏ ਪਿੰਡ ਦੇ ਵਿੱਚ, ਮੈਂ ਕਿਹਾ ਜੀ ਵੀ ਕਿੰਨੇ ਡਾਕਟਰ, ਕਹਿੰਦੇ ਸਾਡੀਆਂ 5 ਬੋਟ ਲੱਗੀਆਂ ਹੋਈਆਂ ਕਿਸ਼ਤੀਆਂ, ਹਰੇਕ ਕਿਸ਼ਤੀ ਦੇ ਵਿੱਚ ਇੱਕ ਡਾਕਟਰ ਹੈ। ਕਹਿੰਦੇ ਰਦੂਲਗੜ੍ਹ ਖੜੀਆਂ ਐਂਬੂਲੈਂਸਾਂ ਬਸ ਉੱਥੋਂ ਮੁੜ ਜਾਂਦੇ ਜੀ। ਅੱਛਾ, ਐਂਬੂਲੈਂਸ ਮੈਂ ਦੇਖੀ ਸੀ ਸਰਕਾਰੀ ਖੜੀ ਉੱਥੇ, ਉੱਥੋਂ ਹੀ ਮੁੜ ਗਏ ਉਹ। ਪਾਣੀ ਗੰਦਾ ਜਿਵੇਂ ਜਿਵੇਂ ਹੋਊਗਾ ਉਵੇਂ ਉਵੇਂ ਬਿਮਾਰੀ ਫੈਲੂਗੀ, ਐਲਰਜੀ ਦੀ ਤਾਂ ਫੈਲੂਗੀ। ਤਾਂ ਦੇਖੋ ਬਾਈ, ਸਰਕਾਰਾਂ ਦੇ ਧਿਆਨ ਦੇ ਵਿੱਚ ਅਸੀਂ ਕਿੰਨੀਆਂ ਚੀਜ਼ਾਂ ਲੈ ਕੇ ਆਉਂਦੀਆਂ ਨੇ, ਪਰ ਕੋਈ ਜੂ ਨਹੀਂ ਸਰਕਾਰੀ। ਸਿਰਫ ਫੇਸਬੁੱਕ ਦੇ ਉੱਤੇ ਪੋਸਟਾਂ ਪਾਈਆਂ ਜਾਂਦੀਆਂ, ਅਸੀਂ ਜੀ ਪਲ ਦੀ ਖਬਰ ਲੈ ਰਹੇ ਹਾਂ, ਅਸੀਂ ਉਹ ਕਰ ਰਹੇ ਹਾਂ, ਪਰ ਨਾਲ ਹੇਠਾਂ ਲਿਖਦੇ ਕਰੋ ਵੀ ਅਸੀਂ ਜੀ ਡੱਕਾ ਨਹੀਂ ਤੋੜ ਰਹੇ।